ਪੰਜਾਬ ਦੇ ਅੰਦਰ ਬਹੁਤ ਵੱਡੀ ਪੱਧਰ ਦੇ ਉੱਤੇ ਰਾਜਾ ਕਹੀਏ ਵਪਾਰੀ ਅਤੇ ਜਨਤਾ ਭਖਾਰੀ, ਬਹੁਤ ਵੱਡੀ ਪੱਧਰ ਦੇ ਉੱਤੇ ਤੁਸੀਂ ਕਮਿਸ਼ਨ ਦੀ ਗੱਲ ਕਰਦੇ ਹੋ, ਅਤੇ ਮੈਂ ਇਹ ਕਹਾਂਗਾ ਕਿ ਕੋਈ ਸਰਕਾਰੀ ਮਹਿਕਮਾ ਐਸਾ ਨਹੀਂ, ਕੋਈ ਪੰਜਾਬ ਦਾ ਕਾਰੋਬਾਰ ਬਿਜ਼ਨਸ ਐਸਾ ਨਹੀਂ ਜਿਹੜਾ ਬਾਦਲਾਂ ਦੇ ਪੰਜੇ ਤੋਂ ਮੁਕਤ ਹੋਵੇ। ਲੁਧਿਆਣੇ 'ਚ ਸਾਈਕਲ ਬਣਾਉਣ ਵਾਲੀਆਂ ਫੈਕਟਰੀਆਂ ਤੋਂ ਗੁੰਡਾ ਟੈਕਸ, ਲੁਧਿਆਣੇ ਦੇ ਅੰਦਰ ਬ੍ਰੈਡ ਬਣਾਉਣ ਵਾਲੀਆਂ ਫੈਕਟਰੀਆਂ ਤੋਂ ਗੁੰਡਾ ਟੈਕਸ, ਅਤੇ ਸਾਡੇ 20,000 ਤੋਂ ਵੱਧ ਸਾਡੀਆਂ ਫੈਕਟਰੀਆਂ ਜਾਂ ਬੰਦ ਹੋ ਗਈਆਂ ਅਤੇ ਜਾਂ ਦੂਜੇ ਰਾਜਾਂ ਨੂੰ ਚਲੇ ਗਈਆਂ। ਕਮਿਸ਼ਨ ਨਹੀਂ, ਇੱਥੇ ਇਹਨਾਂ ਨੇ ਚੁਟਾਲਿਆਂ ਦਾ ਪੈਟਰਨ ਲਾਗੂ ਕਰਤਾ। ਅਤੇ ਅੱਜ ਚੁਟਾਲਿਆਂ ਦਾ ਹਸ਼ਰ ਕੀ ਹੈ, ਬਜ਼ੁਰਗ ਅਵਸਥਾ ਦੇ ਵਿੱਚ ਤਿਹਾੜ ਜੇਲ੍ਹ 'ਚ ਪਿਓ ਪੁੱਤ ਬੰਦ ਬੈਠੇ ਆ, ਅਤੇ ਪੰਜਾਬ ਦੇ ਵਿੱਚ ਲੋਕਾਂ ਦੀ ਸਰਕਾਰ ਇਹ ਸਿਕਿਉਰਿਟੀ ਮੰਗਦਾ ਨਾ। ਪ੍ਰਕਾਸ਼ ਸਿੰਘ ਬਾਦਲ ਸਿਕਿਉਰਿਟੀ ਮੰਗਦਾ, ਕੇਂਦਰ ਨੂੰ ਚਿੱਠੀਆਂ ਲਿਖਦਾ ਵੀ ਮੈਨੂੰ ਹੋਰ ਸੁਰੱਖਿਆ ਦਿਓ, ਅਤੇ ਲੋਕਾਂ ਦੀ ਸਰਕਾਰ ਨੇ ਇਹਨਾਂ ਨੂੰ ਬਹੁਤ ਵੱਡੀ ਸਿਕਿਉਰਿਟੀ ਦੇਣੀ ਆ, ਸਿਕਿਉਰਿਟੀ ਜੇਲ੍ਹ ਨਾਭਾ। ਅਸਲ ਘਰ ਇਹਨਾਂ ਦਾ ਉਹ ਆ, ਜਿਵੇਂ ਚੁਟਾਲਿਆਂ ਦਾ ਤਿਹਾੜ ਜੇਲ੍ਹ ਬਣਿਆ ਅਤੇ ਇਹਨਾਂ ਦਾ ਸਿਕਿਉਰਿਟੀ ਜੇਲ੍ਹ ਨਾਭਾ ਘਰ ਬਣਨਾ। ਅੱਜ ਆਪਣੇ ਕਰਮਾਂ ਦੀ ਬਦੌਲਤ ਪ੍ਰਕਾਸ਼ ਸਿੰਘ ਬਾਦਲ ਦੇ ਮੂੰਹ ਦੇ ਉੱਤੇ ਜੁੱਤੀਆਂ ਪੈ ਰਹੀਆਂ ਨੇ, ਸੁਖਬੀਰ ਬਾਦਲ ਦੀ ਗੱਡੀਆਂ 'ਤੇ ਡਲੇ ਵੱਜ ਰਹੇ ਆ, ਅਤੇ ਆਪਣਾ ਬੀਜਾ ਵੱਢ ਰਹੇ। ਸੋ ਪੰਜਾਬ ਦੇ ਸੂਰਬੀਰ ਲੋਕਾਂ ਨੇ ਮਨ ਬਣਾਇਆ ਹੋਇਆ, ਦਿਨੋ ਦਿਨ ਚੋਣ ਮੁਹਿੰਮ ਜਿਹੜੀ ਆ ਇੱਕ ਤੂਫਾਨ ਦਾ ਰੂਪ ਧਾਰਨ ਕਰਦੀ ਜਾ ਰਹੀ ਆ। ਇਸ ਤੂਫਾਨ ਨੇ ਪੰਜਾਬ ਦੀ ਰਾਜਨੀਤੀ ਦੇ ਵਿੱਚ ਜਿਹੜੇ ਆਪਣੇ ਆਪ ਨੂੰ ਬਾਬੇ ਬੋਰਡ ਸਮਝਦੇ ਆ ਨਾ, ਭੱਠਲ ਭੁੰਦੜ ਢੀਂਡਸੇ ਲੱਲੇ ਖੱਖੇ ਬੜੇ ਨੇ ਜਿਹੜੇ ਸਮਝਦੇ ਵੀ ਇਹ ਸਾਡੇ ਦਾਦੇ ਪੜਦਾਦੇ ਦੀ ਜੱਦੀ ਜਗੀਰ ਆ, ਅਤੇ ਇਸ ਬਦਲਾਓ ਦੀ ਕ੍ਰਾਂਤੀ ਨੇ, ਬਦਲਾਓ ਦੇ ਤੂਫਾਨ ਨੇ ਵੱਡੇ ਵੱਡੇ ਬਾਬੇ ਬੋਰਡ ਵੀ ਸਾਫ਼ ਕਰ ਦੇਣੇ ਪੰਜਾਬ ਦੀ ਧਰਤੀ। ਅੱਜ ਮੈਂ ਬੜਾ ਮਾਣ ਮਹਿਸੂਸ ਕਰਦਾ ਕਿ ਅਕਾਲੀ ਦਲ ਦੇ ਦਲ ਨੂੰ ਛੱਡ ਕੇ ਮੈਂ ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਸਰਦਾਰ ਸਿਮਰਜੀਤ ਸਿੰਘ ਬੈਂਸ ਉਹਨਾਂ ਦੇ ਨਾਲ ਸ਼ਾਮਿਲ ਹੋਇਆ ਉਹਨਾਂ ਨਾਲ, ਅਤੇ ਉਹਨਾਂ ਨੂੰ ਮੇਰੇ 'ਤੇ ਜ਼ਿੰਮੇਵਾਰੀ ਸੌਂਪੀ ਆ ਯੂਥ ਵਿੰਗ ਦੀ। ਉਹ ਮੈਂ ਪੂਰੀ ਤਨਦਹੀ ਨਾਲ ਦਿਨ ਰਾਤ ਮਿਹਨਤ ਕਰਕੇ ਇੱਕ ਲਹਿਰ ਨੌਜਵਾਨਾਂ ਦੀ ਇਹਨਾਂ ਦੇ ਸਰਪ੍ਰਸਤੀ ਹੇਠ ਖੜ੍ਹੀ ਕਰਾਂਗਾ। ਔਰ ਮੈਂ ਜਿਹੜਾ ਆਪਣੇ 20 ਸਾਲ ਦਾ ਐਕਸਪੀਰੀਅੰਸ ਯੂਥ ਵਿੰਗ ਦੇ ਵਿੱਚ ਕੰਮ ਕਰਨ ਦਾ, ਉਸ ਨੂੰ ਆਪਣੇ ਜਿਹੜੇ ਯੰਗਸਟਰ ਵੀਰ ਨੇ, ਨੌਜਵਾਨ ਵੀਰ ਨੇ, ਉਹਨਾਂ ਨੂੰ ਪ੍ਰੇਰ ਕੇ ਆਪਾਂ ਲੋਕ ਇਨਸਾਫ਼ ਪਾਰਟੀ ਦੇ ਨਾਲ ਜੋੜਾਂਗੇ। ਇਹ ਮੈਂ ਅੱਜ ਆਪਣੇ ਸਰਦਾਰ ਸਿਮਰਜੀਤ ਸਿੰਘ ਬੈਂਸ ਉਹਨਾਂ ਨੂੰ ਵਾਅਦਾ ਕਰਦਾ ਕਿ ਮੈਂ ਆਪਣੇ ਪੂਰੀ ਤਨਦੇਹੀ ਨਾਲ ਇਹ ਜਿਹੜੀ ਜ਼ਿੰਮੇਵਾਰੀ ਨਿਭਾਵਾਂਗਾ। ਬੜੇ ਪਿਛਲੇ ਲੰਬੇ ਸਮੇਂ ਤੋਂ ਮੈਨੂੰ ਫੇਸਬੁੱਕ 'ਤੇ ਵੀ ਮੇਰੀ ਤੁਸੀਂ ਦੇਖ ਸਕਦੇ ਹੋ ਕਿ ਮੈਨੂੰ ਈਵਨ ਗੋਲੀ ਮਾਰਨ ਤੱਕ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਸੀ ਪਿਛਲੇ ਲੰਬੇ ਸਮੇਂ ਤੋਂ। ਕੱਲ੍ਹ ਵੀ ਇਸ ਪ੍ਰੋਗਰਾਮ ਨੂੰ ਫੇਲ ਕਰਨ ਲਈ ਰਾਤ 11 ਵਜੇ ਤੱਕ ਮਹੇਸ਼ ਸ਼ਿੰਦਰ ਗਰੇਵਾਲ ਐਸੇ ਇਲਾਕੇ ਦੇ ਦੋ ਗਲੀਆਂ ਛੱਡ ਕੇ ਘਰ ਦੇ ਵਿੱਚ ਰਾਤ 11 ਵਜੇ ਤੱਕ ਬਿਠਾ ਰਹੇ। ਮੈਂ ਬੜੀ ਇੱਕ ਇਸ ਗੱਲ ਦੀ ਸ਼ਰਮਹਿਸੂਸ ਕਰਦਾ ਕਿ ਇਸ ਲੈਵਲ ਤੱਕ ਆ ਗਏ ਕਿ ਸਰਦਾਰ ਮਹੇਸ਼ ਸ਼ਿੰਦਰ ਸਿੰਘ ਉਹਨਾਂ ਦਾ ਕੱਦ ਇੱਕ CM ਦੇ ਸਲਾਹਕਾਰ ਨੇ, ਅਤੇ ਪਰ ਕਿੰਨੀ ਛੋਟੀ ਰਾਜਨੀਤੀ 'ਤੇ ਉਤਰਿਆ ਇਹਨੇ ਕਿ ਇਸ ਪ੍ਰੋਗਰਾਮ ਨੂੰ ਫੇਲ ਕਰਨ ਲਈ ਉਹ ਰਾਤ ਦੇ 11 ਵਜੇ ਤੱਕ ਇੱਥੇ ਬੈਠੇ ਰਹੇ ਨੇ।